अस्सलाम वालेकुम दोस्तों, मैं थोड़ा भरा मियाँ मुहम्मद अफजल बट्टू, तो तुम वेखते पे हो मेरा यूट्यूब चैनल डिजिटल किसान पाकिस्तान। तो दोस्तों, किसान भाई ने आलू बेच दिते ने जनाब 1400 रुपये की बोरी। तो पुछने हैं भी सरमूह ही भरे ने या बिचू टाल टाल के अलहदा किए ने चंगे आलू तो मंदे आलू। तो मजीद उन्होंने को मालूमात लेने भी मजीद इस कि खर्चा आता पे है। अगर 1400 के हिसाब ने विके ने तो 122 किलो के हिसाब ने देना है, फिर कैलकुलेटर मारांगे भी एक किलो किन्ने का पैंदा पिया सानू। आओ चलिए गल भी करने ते नाल जनाब मालूमात भी लैने। दोस्तों ये आलू ने जनाब ये है सेंटा, तो मोटा आलू अलहदा तो दूसरा अलहदा। एक तो इस बारी झाड़ घट आया है तो दूसरा रेट घट है। तो साढ़े नाल किसान भाई मौजूद ने चाचू अमीन उधर ना गल करने। अस्सलाम वालेकुम जी। वालेकुम सलाम, की हाल चाल ने? ठीक हो, ठीक है। ते आलुओं के बारे सुनाओ, की चलदा पिया? रेट शेट ठीक है? बस रेट ठीक है, ठीक है। मगरू लावण ही आंदा है। अच्छा, मगरू लांद पे हैं। हां, किन्ने की हिसाब बेचे ने आपा? ए बेचन 1400। 1400 दी बोरी बेची है? हां जी। 122 किलो दी? हां जी। ते छोटे आलू अलग-अलग कटदे पे हैं? हां जी। मतलब भी 122 किलो जेड़ा वड्डा आलू है सोना राशन है ਉਹ ਵੇਚਿਆ 1400 ਨੂੰ? ਹਾਂ ਉਹ ਵੇਚਿਆ। ਤੇ ਸੁਣਾਓ ਖਰਚਾ, ਤੇ ਜਿਹੜਾ ਬੀਜ ਦਾ ਖਰਚਾ ਹੈ ਜਾਂ ਖਾਦ ਵੀ ਜਾਂ ਜ਼ਮੀਨ ਦਾ ਠੇਕਾ ਪੂਰਾ ਹੋਇਆ ਜਾਂ ਕੋਈ ਨਾ? ਨਹੀਂ ਉਹ ਨਹੀਂ ਹੁੰਦਾ। ਉਹ ਨਹੀਂ ਹੁੰਦਾ? ਨਹੀਂ। ਤੇ ਅਗਲੀ ਫਸਲ ਵਾਸਤੇ ਫਿਰ ਕੀ ਕਰਾਂਗੇ? ਅਗਲੀ ਫਸਲ ਨੂੰ ਮੋੜ ਕੇ ਡੋਰ ਡੱਗਰ ਵੇਚਦਾ ਤੇ ਬਾਅਦ ਉੱਤੇ ਲਾਸ ਹੈ। ਅੱਛਾ, ਡੋਰ ਡੱਗਾ ਵੇਚ ਕੇ? ਹਾਂ। ਤੇ ਮੱਕੀ ਸ਼ੇ ਕੀ ਸੈੱਟ ਕਰਾਂਗੇ? ਹਾਂ, ਸੈੱਟ ਕਰਾਂਗੇ। ਠੀਕ ਹੋ ਗਿਆ। ਇਹਦਾ ਰੇਟ ਬਣ ਜਾਵੇ ਤੇ ਮੋੜ ਮਤਲਬ ਹੈ ਅਗਲੀ ਫਸਲ ਵੀ ਬੰਦਾ ਪੁੱਜ ਪੈਂਦਾ ਹੈ। ਚੰਗਾ ਰੇਟ ਹੋਵੇ ਤਾਂ ਅਗਲੀ ਫਸਲ ਪੁੱਜਦਾ ਹੈ, ਨਾਲ ਲਾਣ ਦਾ ਮਤਲਬ ਹੈ ਆਦਾ ਠੇਕਾ ਵੀ ਲਾ ਲੈਂਦਾ। ਮਤਲਬ ਵੀ ਹੁਣ ਆਪਾਂ ਇਸ ਵਾਰੀ ਮੁਤਮਿਨ ਤਾਂ ਨਹੀਂ ਹੈ ਨਾ? ਨਹੀਂ, ਹਾਲੀ ਨਹੀਂ ਮੁਤਮਿਨ। ਮਤਲਬ ਵੀ ਆਪਣਾ ਗੁਜ਼ਾਰਾ ਹੀ ਨਹੀਂ ਪੂਰਾ ਹੁੰਦਾ ਪਿਆ, ਜਿੰਨਾ ਖਰਚਾ ਕੀਤਾ ਉਹ ਹੀ ਪੂਰਾ ਨਹੀਂ ਮਿਲਦਾ ਪਿਆ। ਹਾਂਜੀ, ਠੀਕ ਹੋ ਗਿਆ। ਤੇ ਹੁਣ ਆਪਾਂ ਇਹ ਆਪਣੇ ਦੋਸਤਾਂ ਦੱਸਦੇ ਚਲੀਏ ਵੀ 1400 ਦੇ ਹਿਸਾਬ ਨਾਲ ਅਗਰ ਕੈਲਕੂਲੇਟਰ ਮਾਰੀਏ ਤਾਂ ਤਕਰੀਬਨ 1150 ਰੁਪਏ ਦਾ ਕਿਲੋ ਆਉਂਦਾ ਹੈ। ਤੇ ਅਗਰ ਲੇਬਰ ਦਾ ਖਰਚਾ ਕਰੀਏ ਜਿਹੜੇ 50 ਰੁਪਇਆ ਲੈਂਦੇ ਪਏ ਨੇ, ਮੇਰਾ ਖਿਆਲ ਹੈ ਔਰਤਾਂ ਮਾਈਆਂ ਬਹਿਣਾਂ ਇਹ ਲੋਡ ਕਰਦੀਆਂ ਪਈਆਂ ਨੇ ਬੋਰੀਆਂ ਦੇ ਵਿੱਚ, ਤੇ ਬਲਕਿ ਅਲਹਿਦਾ ਕਰਦੀਆਂ ਪਈਆਂ ਨੇ, ਅਲਹਿਦਾ ਕਰਦੀਆਂ ਪਈਆਂ ਨੇ 50 ਉਹਨਾਂ ਦਾ ਹੈ। ਤੇ ਆਜ਼ਮ ਬਾਈ ਤੋਂ ਪੁੱਛਣੇ ਆ ਵੀ ਉਹ ਕਿੰਨੇ ਲੈਂਦੇ ਪਏ ਨੇ ਇਹ ਭਰਾਈ ਕਰਨ ਦੇ, ਤਾਂ ਕਿ ਸਾਰਿਆਂ ਦਾ ਹਿਸਾਬ ਕਿਤਾਬ ਸਿੱਧਾ ਹੋ ਜਾਵੇ। 1150 ਦਾ ਕਿਲੋ ਸਮਝ ਲਓ ਪੁੱਠੇ ਕੰਨ ਫੜੀਂਦੇ ਪਏ ਨੇ ਇਸ ਵਾਰ ਕਿਸਾਨਾਂ ਦੇ। ਅਸਲਾਮ ਵਾਲੇਕੁਮ ਜੀ ਆਜ਼ਮ ਬਾਈ, ਕੀ ਹਾਲ ਨੇ? ਤਬੀਅਤ ਠੀਕ ਹੈ? ਸੀਜ਼ਨ ਕਿਹਦਾ ਚੱਲ ਰਿਹਾ ਤੇਰਾ ਫਿਰ ਇਸ ਵਾਰੀ? ਸੀਜ਼ਨ ਬਿਹਤਰੀਨ, ਠੀਕ ਚੱਲ ਰਿਹਾ। ਠੀਕ ਚੱਲ ਰਿਹਾ? ਪੈਸਾ ਸ਼ੈਸੇ ਜ਼ਮੀਨਦਾਰਾਂ ਕੋਲ ਲੱਭ ਰਹੇ ਨੇ? ਹਾਂ, ਜ਼ਮੀਨਦਾਰ ਖੁਸ਼ਹਾਲ ਹੋਣਗੇ ਤਾਂ ਕੋਈ ਦੇਵਣਗੇ। ਅੱਛਾ, ਮਤਲਬ ਇਸ ਵਾਰੀ ਜ਼ਮੀਨਦਾਰਾਂ ਦਾ ਮਾੜਾ ਕੰਮ ਹੈ? ਜ਼ਮੀਨਦਾਰਾਂ ਦੇ ਇਸ ਤਰੀਕੇ ਮਾੜਾ ਹੈ ਪਰ ਅਗਲੇ ਸਾਲ ਵਿੱਚ, ਹਾਂ ਪਿਛਲਾ ਸਾਲ ਜਿਹੜਾ ਗੁਜ਼ਰ ਗਿਆ, ਸਾਲ ਜਿਹੜਾ ਗੁਜ਼ਰ ਗਿਆ ਉਹਦੇ ਚ 40 ਤੋਂ 45 ਰੁਪਏ ਲੈਂਦੇ ਰਹੇ। ਅੱਛਾ, ਬੋਰੀ ਦੇ? ਸਹੀ। ਸਾਲ ਹੋਰ ਆ ਗਿਆ ਹੈ, ਉਹਦੇ ਚ ਗਿਓ ਦੀ ਤੁਸੀਂ ਕੰਡੀਸ਼ਨ ਵੇਖ ਲਓ, ਸੌਦੇ ਦੀ ਕੰਡੀਸ਼ਨ ਜਾਂ ਜੋ ਵੀ ਆ ਹਰ ਚੀਜ਼ ਦੀ ਕੰਡੀਸ਼ਨ ਵੇਖ ਲਓ, ਵੀ ਅੱਧੋ ਅੱਧ ਵਧ ਗਿਆ। ਸਹੀ ਹੈ। ਸਾਡੀ ਮਜ਼ਦੂਰੀ ਤੁਸੀਂ ਵੇਖ ਲਓ, ਜ਼ਿਮੀਦਾਰ ਤੇ 90 ਰੁਪਏ 5 ਰੁਪਏ ਮਜ਼ਦੂਰੀ ਪਿੱਛੇ ਆ ਗਈ। ਰਿਵਰਸ ਬੈਕ ਗੇਅਰ ਲੱਗਿਆ ਹੈ? ਬੈਕ ਗੇਅਰ ਲੱਗਿਆ ਜੀ। ਵੀ ਅਸੀਂ 250 ਨੂੰ ਗਿਓ ਲੈਂਦੇ ਸਾਂ ਤੇ 45 ਰੁਪਏ ਮਜ਼ਦੂਰੀ ਲੈਂਦੇ ਸਾਂ, ਹੁਣ 500 ਨੂੰ ਗਿਓ ਲੈਂਦੇ ਪਏ ਤੇ 40 ਰੁਪਏ ਮਜ਼ਦੂਰੀ ਲੈ ਰਹੇ। ਮਜ਼ਦੂਰੀ 40 ਰੁਪਏ? ਕਿਸ ਵਜ੍ਹਾ ਤੋਂ? ਵੀ ਜ਼ਿਮੀਦਾਰ ਦੇ ਪੱਲੇ ਕੁਛ ਹੈ ਹੀ ਨਹੀਂ। ਪੱਲੇ ਕੁਛ ਹੈ ਨਹੀਂ? ਹੁਣ ਤੁਸੀਂ ਦੱਸੋ ਨਾ ਵੀ ਇਹ ਜਿਹੜੀ ਬੋਰੀ ਹੈ ਇਹ ਪਿਛਲੇ ਸਾਲ ਕਹਿੰਦੇ ਨੇ 100-150 ਦੀ ਹੈ, ਤਾਂ ਸਾਰੀ 200 ਨੂੰ ਕ੍ਰਾਸ ਕਰਦੀ ਪਈ ਹੈ? 200 ਨੂੰ ਕ੍ਰਾਸ ਕਰਦੀ ਪਈ। ਸਭ ਜ਼ਿਮੀਦਾਰ ਤੇ ਅਸਰ ਹੈ, ਕਿਸੇ ਦਾ ਕੋਈ ਜ਼ਿੰਦੇ ਚ ਕੋਈ ਇਸ਼ੂ ਨਹੀਂ। ਸਹੀ ਹੈ, ਜ਼ਿਮੀਦਾਰ ਤੇ ਹੀ ਅਸਰ ਹੈ। ਜਿੰਦੇ ਕੋ ਚੀਜ਼ ਪਈ ਹੈ ਉਹਦਾ ਰੇਟ ਹੈ, ਜਿੰਦੇ ਕੋ ਖਾਦ ਪਈ ਤੁਸੀਂ ਖਾਦ ਦੀ ਕੰਡੀਸ਼ਨ ਵੇਖ ਲਓ, ਜ਼ਿਮੀਦਾਰ ਦਾ ਕੋਈ ਗੁਨਾਹ ਨਹੀਂ। ਜ਼ਿਮੀਦਾਰ ਤਾਂ ਵਿਚਾਰਾ ਮੁੰਝ ਹੋ ਗਿਆ। ਜ਼ਿਮੀਦਾਰਾਂ ਦਾ ਹਾਲੀ ਤੋਂ ਖਾਦ ਨਹੀਂ ਲੱਭਦੀ ਪਈ? ਨਹੀਂ ਲੱਭਦੀ ਪਈ, ਖਾਦ ਨਹੀਂ ਲੱਭਦੀ ਪਈ। ਉਸ ਤੋਂ ਬਾਅਦ ਬੋਰੀ ਟਾਟ ਸੂਤਰੀ ਜਿਹੜੀ ਹੈ, ਇਹ ਟਾਟ ਜਿਹੜਾ ਹੈ 20-25 ਰੁਪਏ ਦਾ ਦਿੰਦਾ ਪਈ ਅਸੀਂ, ਐਤਕੀ 40 ਰੁਪਏ ਦਾ ਡੀਜ ਰਿਹਾ। ਸੂਤਰੀ ਦੀ ਗੁੱਟੀ ਉਹਨਾਂ ਨੂੰ ਡੀਜ ਰਹੀ ਸੀ 100 ਰੁਪਏ ਦੀ, ਐਤਕੀ ਡੀਜ ਰਹੀ 200 ਦੀ। ਸਭ ਜ਼ਿਮੀਦਾਰ ਤੇ ਅਸਰ। ਮਤਲਬ ਤੇਲ ਵੀ ਮਹਿੰਗਾ ਹੋ ਗਿਆ ਹੈ? ਤੇਲ ਵੀ ਮਹਿੰਗਾ, ਜ਼ਮੀਨ ਦੇ ਠੇਕੇ ਵੀ ਮਹਿੰਗੇ। ਜ਼ਿਮੀਦਾਰ ਖੁਸ਼ ਹੋਵੇਗਾ ਤੇ ਸਾਨੂੰ ਮਜ਼ਦੂਰੀ ਖੁਸ਼ ਹੋ ਤੇ ਦੇਵਣਗੇ। ਸਹੀ ਹੋ ਗਿਆ। ਤੇ ਇਹਦਾ ਮਤਲਬ ਕੋਈ ਹੈ ਚਾਂਸ ਆਲੂਆਂ ਦਾ ਰੇਟ ਵਧਣ ਦਾ ਕੋਈ ਨਾ, ਕਿ ਆਲੂ ਹੀ ਚੁੱਕੇ ਗਏ ਨੇ ਇਸ ਵਾਰੀ? ਹੁਣ ਤੁਸੀਂ ਇਹ ਦੱਸੋ ਵੀ ਆਲੂਆਂ ਦੀ ਕੰਡੀਸ਼ਨ ਤੁਸੀਂ ਵੇਖਤੇ ਵੀ ਜ਼ਿਮੀਦਾਰ ਜਿਹੜੇ ਨੂੰ ਵਿਚਾਰੇ ਅੱਗੇ ਮੁੰਝੇ ਪੈਣ, ਜਿਹੜੇ ਵਿਚਾਰੇ ਆ ਬਾਹਰੋਂ ਮਜ਼ਦੂਰੀਆਂ ਬਾਹਰ ਤੇ 5000 ਬਾਹਰ ਤੇ ਮੁੜ 2000 3000 ਦੜਾਂ ਲਵਾ ਕੇ ਉਹਨੇ ਰੱਖੀ ਬੈਠੇ ਨੂੰ। ਹੁਣ ਅਗਰ ਕੋਈ ਮਹੀਨਾ ਚਾਂਸ ਵੱਧਦੇ ਵੀ ਹੈ ਨਾ ਉਹਨਾਂ ਕੋਲ, ਤਾਂ ਜਿਹੜੀ ਕੋਈ ਆਨਾ ਬੱਚਾ ਸੀ ਉਹ ਸਾਰੇ ਆਲੂ ਕੰਡੀਸ਼ਨ ਹੈ ਵਿੱਚ ਆ ਗਏ ਨੂੰ ਇੱਥੇ ਦੜਾਂ ਦੇ ਵਿੱਚ, ਯਾਨੀ ਕਿ ਪੈਸੇ ਸਾਰੇ ਉਹਨਾਂ ਦੜਾਂ ਹੀ ਨੱਪ ਦਿੱਤੇ। ਅਗਰ ਉਹ ਜ਼ਿਮੀਦਾਰ ਵੇਚਣਾ ਨਹੀਂ ਦੇਣ ਦੀ ਮਜਬੂਰੀ ਹੈ,
मजबूरी इस तरीके भी अगर बेचेगा कोई रुपया आवेगा तो अगू अगली बिजनेस करेंगे ना अगली गड्ढन गए या कोई ज्यादा कुछ हाल हो गए। सही है आलू के चांस है लेकिन ये है भी बस जिस तरीके किसी का सरदा है वो रखी बैठा है जिंदा नहीं सरदा वो बेची जाता है तो जेड़ा व्यापारी है वो इस चीज़ का फायदा उठाई जाता है उन्होंने पता है भी ये मजबूर हो तो बेचते पर उन्होंने भी पता है भी हूँ यानी कि आलू की कंडीशन जी है भी अगर भी जेड़ा बेचता है वो मजबूर हो तो बेचते वो आदा नहीं जाते हैं जिंद को रुपया है वो इतों खरीदते अगर कौन ही बेच रहे इतों ले जा के स्टोर च रखे जाते हैं ताकि रेट वाल हो तो बेचते हैं। अच्छा मंडी से की कंडीशन मंडी से आलू चोखा जा रहा है या रुक गया मट्टा हो गया मंडी से वो जा रहा है आलू जिंदे कोल यानी कि दोनों अगे दसदा अगली फसल वास्ते एक रुपया भी नहीं है रुपया भी नहीं है वो कहता भी मगरू लाइए मंडी से ले जावन नालों बेहतर है भी इतने तुम बेच लो ना वो ठीक है मतलब फील्ड फील्ड क्योंकि इतने बैठे ने सारा न्याय दुआडे हथी अगर इतों आप मजदूरिया भरने डीजल खर्चा उस तो बाद ट्राली ट्रैक्टर उन्होंने बूहे अगे जात लाने रुपये उन्होंने को लैन जिसल उन्होंने अगे ला देने वो दोनों ला देव 300 भी बोरी का तो दोनों बेचने पैने क्योंकि पिछले तो तुम लिया नहीं सकते वो तो लिया वास्ते इतने हम तुम बैठे ने इतने तकरीबन 3 व्यापारी भी आने द्वाडा दिल मनता है तो तुम चीज दे सकते हैं नहीं दिल मनता तो द्वाडे गरीब पैन नाले उत्थे फिर एक और नाले उन्हां दोनों साइडां ते खरीदार कोल भी पैसे लेने ने आड़ ते 5 रुपये 100 मगरू के 4 रुपये 100 मगरू ने कंडीशन बनी खड़ी भी जिन्ना भी अगे पठान अपने इलाके च जान जांदा सी पठान आंदा सी वो पठान बाहर निकल जांदा सी उंदी इन्नी यानी कि आदी मर्जी नाल वो सौदा लैंदा सी किसी दी कोई परेशानी नहीं सी खुशामद करदे पे फ्लैट बनाए उन्होंने रखा खाना शाना खिलाया ने कहा भी जाके रोलन की जरूरत है आओ जनाब इतने किसान भी तो पंजाबी ने ना तू कर सकना भी आड़तियां दे हाथ च छुरा है चाकू अगे को एक कमाई हुंदी सी ਵੀ ਜ਼ਿਮੀਦਾਰ ਕੋਲ ਕਰਦੇ ਸਨ ਐਚ ਕੀ ਉਹ ਕਮਾਈ ਕਰ ਰਹੇ ਨੂੰ ਡਬਲ ਡਬਲ ਥਾਣ ਕੋਲ ਵੀ ਕਰ ਰਹੇ ਨੂੰ ਜ਼ਿਮੀਦਾਰ ਕੋਲ ਵੀ ਕਰ ਰਹੇ ਜ਼ਿਮੀਦਾਰ ਕੋਲ ਠੀਕ ਹੋ ਹਾਂਜੀ ਚਾਚਾ ਅਮੀਨ ਕੀ ਕਰ ਰਹੇ ਹੋ ਉਹਨਾਂ ਦਾ ਗੱਲ ਮੈਨੂੰ ਪਤਾ ਲੱਗਾ 50 ਮਾਲਕ ਕੋਲ ਲੈਂਦੇ ਪੈ ਨੂੰ ਤੇ 50 ਖਰੀਦਦਾਰ ਕੋਲ ਉਹ ਆੜਤੀ ਲੈਂਦੇ 100 ਰੁਪਏ ਕਮਾ ਰਹੇ ਨੇ ਨਹੀਂ 100 ਉਧਰ ਲੈਂਦੇ 50 ਇਧਰ ਲੈਂਦੇ ਅੱਛਾ ਅੱਛਾ 100 ਰੁਪਏ ਵੇਚਣ ਵਾਲੇ ਕੋਲ ਹਾਂ ਜਿਹਨੂੰ ਵੇਚਦਾ ਹੈ ਹਾਂ ਜਿਹਨੂੰ ਜਿਹੜਾ ਖਰੀਦਦਾਰ ਹੈਗਾ ਹਾਂ ਹਾਂ ਉਹਨਾਂ ਦੇ ਕੋਲ 100 ਰੁਪਏ ਲੈਂਦੇ ਤੇ ਜ਼ਮੀਦਾਰ ਨੂੰ ਕੋਲ 50 ਰੁਪਏ 50 ਲੈਂਦੇ ਕੀ ਬਾਤ ਮਤਲਬ ਵੀ ਹਰ ਪਾਸੇ ਜ਼ਮੀਦਾਰ ਨੂੰ ਹੀ ਮਾਰ ਹੈ ਹਾਂ ਉਹ ਕੱਲ ਪਤਾ ਮੈਨੂੰ ਲੱਗਾ ਉਹ ਤਾਂ ਕਮਾਲ ਕੀਤੀ ਖੜੇ ਕਮਾਲ ਕੀਤੀ ਖੜੇ ਨੇ ਉਹ ਆਪ ਤੇ ਦੱਸ ਅਭੀ ਆਪਾਂ ਤਾਂ ਉਧਰ ਸਰਦਾਰ ਵੀ ਦੇਖਦੇ ਆਰਤੀਆ ਕਹਿੰਦਾ ਵੀ ਦੋਨੋਂ ਸਾਈਡਾਂ ਤੇ ਛੇਲਾਂ ਦੇ ਪੈ ਕਿਸਾਨਾਂ ਦੀ ਹਾਂ ਉਹ ਤੂੰ ਲੈਂਦੇ ਪੈ ਤੋ ਤੂੰ 100 ਲੈਂਦੇ ਪੈ ਉਹ ਤੂੰ 50 ਲੈਂਦੇ ਪੈ ਜੀ ਠੀਕ ਹੋ ਗਿਆ ਹਾਂਜੀ ਦੋਸਤੋ ਜਿੰਨੇ ਵੀ ਮੇਰੇ ਵੀਰ ਭਰਾ ਕਿਸਾਨ ਆਲੂ ਦੇ ਕਾਸ਼ਤਕਾਰ ਹੈਗੇ ਨੇ ਜਾਂ ਕੋਈ ਵੀ ਫਸਲਾਂ ਲਗਾਉਂਦੇ ਨੇ ਕੋਸ਼ਿਸ਼ ਕੀਤੀ ਕਰੋ ਆਪਣੀ ਫਸਲ ਆਪਣੇ ਇਲਾਕੇ ਵਿੱਚ ਆਪਣੇ ਪਿੰਡ ਵਿੱਚ ਹੀ ਸੇਲ ਕੀਤੀ ਕਰੋ ਬਾਹਰ ਦੇ ਬਾਹਰੇ ਤੇ ਮੰਡੀਆਂ ਤੋਂ ਨਾ ਪ੍ਰੇਸ ਕੀਤਾ ਕਰੋ ਜਦੋਂ ਮੰਡੀ ਵਿੱਚ ਇਜ਼ਾਫਾ ਹੋ ਜਾਂਦਾ ਚੀਜ਼ਾਂ ਜ਼ਿਆਦਾ ਚਲੀ ਜਾਂਦਾ ਹੈ ਮਾਲ ਉਦੋਂ ਰੇਟ ਜਿਹੜਾ ਨਾ ਥੱਲੇ ਆ ਜਾਂਦਾ ਹੈ ਜਦੋਂ ਉੱਥੇ ਮਾਲ ਥੋੜਾ ਹੁੰਦਾ ਉਸ ਵਕਤ ਰੇਟ ਉੱਪਰ ਚਲਾ ਜਾਂਦਾ ਹੈ ਲਿਆਜ਼ਾ ਮੰਡੀ 'ਚ ਵੀ ਜਾਣਾ ਹੈ ਤੇ ਵਕਫੇ ਵਕਫੇ ਨਾਲ ਗਏ ਕਰੋ ਇੱਕੇ ਵਾਰੀ ਲਾਈਨਾਂ ਦੀਆਂ ਲਾਈਨਾਂ ਨਾ ਲਗਾਈਆਂ ਕਰੋ ਹੁਣ ਮੈਂ ਆਪਣੇ ਸਾਰੇ ਭਰਾਵਾਂ ਤੋਂ ਲੈਣਾ ਇਜਾਜ਼ਤ ਤੁਹਾਡਾ ਭਰਾ ਮੀਆਂ ਮੁਹੰਮਦ ਅਫਜ਼ਲ ਬੱਟੂ ਅੱਲਾ ਹਾਫਿਜ਼ ਪਾਕਿਸਤਾਨ ਜ਼ਿੰਦਾਬਾਦ।